السلام علیکم جی امبال خان جی ادھر آیا کل کھا ہوٹل تے میں کہا چلو ایک چھوٹا جا بلاگ بنا دیتا جائے تے انشاءاللہ تعالی جی اج تانوں کل کھا دا دساں گے اے دیکھو ٹیشو وی تانوں بھا سکنے ہاں کیونکہ اے تے سانوں ٹیشو وی نہ آدے لیکن اے وی ہے ਤੇ ਰੋਟੀ ਦੀ ਵੀ ਤੁਹਾਨੂੰ ਫੋਟੋਆਂ ਵਹਾਵਾਂਗੇ ਕਿਉਂਕਿ ਖਵਾ ਸਕਦੇ ਨਹੀਂ ਤੁਹਾਨੂੰ ਤੇ ਇਨਸ਼ਾਅੱਲਾ ਤਾਲਾ ਮੇਰਾ ਤੁਹਾਨੂੰ ਬਲੌਗ ਅੱਛਾ ਲੱਗੇਗਾ ਲੋਕੀ ਪੁੱਛਦੇ ਨੇ ਭਲਵਾਨ ਕੀ ਖਾਂਦੇ ਨੇ ਭਲਵਾਨ ਭਾਜੀ ਹਰ ਚੀਜ਼ ਖਾ ਜਾਂਦੇ ਨੇ ਜੋ ਉਹਨਾਂ ਨੂੰ ਲੱਭੇ ਠੀਕ ਹੈ ਨਾ ਇਹ ਨਹੀਂ ਕਿ ਇਹ ਨਹੀਂ ਖਾਣਾ ਚਾਹੀਦਾ ਉਹ ਨਹੀਂ ਖਾਣਾ ਚਾਹੀਦਾ ਜਦੋਂ ਬੰਦੇ ਨੇ ਭਲਵਾਨੀ ਕਰਨੀ ਹੈ ਨਾ ਉਹਨੇ ਹਰ ਚੀਜ਼ ਖਾਣੀ ਹੈ ਤੇ ਇਨਸ਼ਾਅੱਲਾ ਤਾਲਾ ਮੈਂ ਤੁਹਾਨੂੰ ਰੋਟੀ ਵੀ ਖਵਾਵਾਂਗਾ ਤੇ ਜਿਹੜੇ ਮੇਰੇ ਨਾਲ ਆਏ ਨੇ ਉਹਨਾਂ ਨੂੰ ਮੈਂ ਨਹੀਂ ਖਵਾਵਾਂਗਾ ਕਿਉਂਕਿ ਉਹ ਵੀਆਈਪੀ ਥੋੜੇ ਬੰਦੇ ਨੇ ਉਹ ਕਹਿੰਦੇ ਨੇ ਸਾਨੂੰ ਵਿੱਚ ਨਹੀਂ ਲੈ ਕੇ ਆਣਾ ਤੇ ਮੈਂ ਕਿਹਾ ਸੀ ਕਿ ਭਾਈ ਮੈਂ ਆਪਣੇ ਬਲੌਗ ਵਿੱਚ ਤੁਹਾਨੂੰ ਲਿਆਉਣਾ ਵੀ ਨਹੀਂ ਚਾਹੁੰਦਾ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਬਲੌਗ ਮੇਰਾ ਅੱਛਾ ਲੱਗੇਗਾ ਤੇ ਜ਼ਿਆਦਾ ਟਾਈਮ ਮੈਂ ਤੁਹਾਨੂੰ ਪਤਾ ਲੈਂਦਾ ਨਹੀਂ ਤੇ ਇਨਸ਼ਾਅੱਲਾ ਤਾਲਾ ਤਕਰੀਬਨ 4 ਨਹੀਂ ਤੇ 5 ਮਿੰਟ ਹੀ ਤੁਹਾਨੂੰ ਮੈਂ ਇਹਦੀ ਐਂਟਰੈਂਸ ਵੀ ਦਿਖਾਵਾਂਗਾ ਇਹ ਕੰਮ ਸ਼ੁਰੂ ਹੋ ਗਿਆ ਜੇ ਭਾਜੀ ਤੁਹਾਡਾ ਇਹ ਸੂਪ ਤੋਂ ਸ਼ੁਰੂ ਹੋਇਆ ਇਹ ਐਟਮਾਂ ਆ ਗਈਆਂ ਅਤੇ ਇਹ ਸੂਪ ਹੈ ਅਤੇ ਇਹ ਪਾਪੜ ਜੋ ਅਸੀਂ ਖਾ ਲੈਗੇ ਹਾਂ ਅਤੇ ਇਹ ਹਾਲੇ ਸ਼ੁਰੂਆਤ ਹੈ ਸਾਡੀ ਅਤੇ ਅੱਗੋਂ ਇਨਸ਼ਾਅੱਲਾ ਤਾਲਾ ਕੰਮ ਚੱਲਣਾ ਸ਼ੁਰੂ ਹੋ ਜਾਏਗਾ ਸੂਪ ਤੋਂ ਕੰਮ ਸ਼ੁਰੂ ਹੋ ਗਿਆ ਇਨਸ਼ਾਅੱਲਾ ਤਾਲਾ ਅੱਗੇ ਅੱਗੇ ਤੁਹਾਨੂੰ ਦੱਸੀ ਜਾਵਾਂਗੇ ਬਹੁਤ ਸਬਜ਼ੀ ਸਾਹਿਬ ਨਾਲ ਸੂਪ ਨਾਲ ਅਸੀਂ ਪਾਪੜ ਵੀ ਖਾ ਰਹੇ ਇਨਸ਼ਾਅੱਲਾ ਅੱਗੇ ਰੋਟੀ ਵੀ ਆਏ ਉਹ ਵੀ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸਾਂਗੇ ਭਲਵਾਨਾਂ ਦੀ ਖਰਾਬ ਨਹੀਂ ਹੁੰਦੀ ਲੋਕ ਨਾ ਖਰਾਬ ਨੋ ਨੋ ਜੀ ਅਬ ਜੀ ਆ ਗਿਆ ਜੀ ਫਰੂਟ ਸੈਲਡ ਫਰੂਟ ਸੈਲਡ ਨਹੀਂ ਹੈ ਸੈਲਡ ਹੀ ਹੈ ਖੀੜੇ ਸਬਜ਼ੀਆਂ ਅਮਰੂਦ ਟਮਾਟਰ ਉਸਕੇ ਬਾਅਦ ਪਿਆਜ਼ ਪੁਦੀਨਾ ਹੋਰ ਵਾਹਵਾ ਆਈਟਮੇ ਹੈ ਜੀ ਇਹ ਬੋਤਲੇ ਸ਼ੋਤਲੇ ਹਰ ਚੀਜ਼ ਹਮੇ ਗਿਫਟ ਆਈ ਹੈ ਲੇਕਿਨ ਕਈ ਬੰਦੋ ਕੀ ਪੈਸੇ ਹੀ ਭਾਅ ਜੀ ਪੈਸੇ ਇਹ ਗਿਫਟ ਆਏ ਹੈ ਲੇਕਿਨ ਕਈ ਇਹ ਮੇਰੇ ਸਾਥ ਆਇਆ ਉਹ ਕਹਿ ਰਹੇ ਹੈ ਕਿ ਭਾਈ ਹਮਾਰੀ ਸ਼ਕਲ ਨਹੀਂ ਆਉਣੀ ਚਾਹੀਏ ਕਿਉਂਕਿ ਉਹ ਵੀ ਇੱਕ ਯੂਟਿਊਬਰ ਹੈ ਉਹ ਕਹਿੰਦੇ ਯਾਰ ਆਪਕਾ ਵਲੌਗ ਹੈ ਤੋ ਹਮ ਨਹੀਂ ਬੀਚ ਆ ਸਕਦੇ ਜੀ ਅਸੀਂ ਹੁਣ ਰੋਟੀ ਰੋਟੀ ਖਾ ਰਹੀ ਹੈ ਇਹ ਹੁਣ ਸਾਡੀ ਬਰਤਨ ਬਸ ਹੁਣ ਇਨਸ਼ਾਅੱਲਾ ਚੁੱਕੇ ਜਾਣਗੇ ਅਤੇ ਅਗਰ ਮੇਰਾ ਵਲੌਗ ਤੁਹਾਨੂੰ ਅੱਛਾ ਲੱਗਾ ਹੋਵੇ ਅਤੇ ਮੇਰੇ ਚੈਨਲ ਨੂੰ ਜ਼ਰਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਅਤੇ ਤੁਹਾਨੂੰ ਮੈਂ ਦੱਸਿਆ ਭਲਵਾਨ ਕੀ ਖਾਂਦੇ ਨੇ ਭਲਵਾਨ ਹਰ ਚੀਜ਼ ਹੀ ਖਾਂਦੇ ਨੇ